ਬੰਦੀ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਤਾ ਪਿਤਾ ਆਪਣੇ ਪੁੱਤਰ ਤੋਂ ਦੂਰ ਹੋ ਜਾਂਦੇ ਹਨ, ਪਤਨੀ ਆਪਣੀ ਪਤੀ ਤੋਂ ਅਤੇ ਬੱਚੇ ਆਪਣੇ ਬਾਪ ਤੋਂ। ਘਰ ਵਿੱਚੋਂ ਕਮਾਈ ਕਰਨ ਵਾਲੇ ਮੈਂਬਰ ਦੇ ਚਲੇ ਜਾਣ ਨਾਲ ਮਾਇਆ ਦੀ ਬਹੁਤ ਤੰਗੀ ਆਉਂਦੀ ਹੈ। ਇਹਨਾਂ ਮੁਸ਼ਕਲਾਂ ਕਰਕੇ ਸਰੀਰਕ, ਸਮਾਜਿਕ, ਮਾਨਸਿਕ ਤੌਰ 'ਤੇ ਪਰੇਸ਼ਾਨੀਆਂ ਆਉਣੀਆਂ ਆਮ ਹੀ ਗੱਲ ਹੈ। ਫਿਰ ਪਰਿਵਾਰ ਨੂੰ ਬੰਦੀ ਸਿੰਘ ਦੇ ਕੇਸ ਲੜਨ ਦੀ ਫਿਕਰ ਹੁੰਦੀ ਹੈ ਤਾਂ ਜੋ ਆਪਣੇ ਘਰ ਜਲਦੀ ਤੋਂ ਜਲਦੀ ਵਾਪਸ ਆ ਜਾਵੇ। ਸਿੱਖ ਰਿਲੀਫ ਦਾ ਮੰਤਵ ਬੰਦੀ ਸਿੰਘਾਂ ਦੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇ, ਜਿਵੇਂ ਕਿ ਵਧੀਆ ਵਕੀਲਾਂ ਨਾਲ ਕੇਸ ਲੜੇ ਜਾਂਦੇ ਹਨ, ਮਹੀਨਾਵਾਰ ਪਰਿਵਾਰ ਨੂੰ ਮਦਦ ਕੀਤੀ ਜਾਂਦੀ ਹੈ, ਜੇਲ੍ਹਾਂ ਵਿੱਚ ਵੀ ਬੰਦੀ ਸਿੰਘਾਂ ਦੀ ਮਦਦ ਕੀਤੀ ਜਾਂਦੀ ਹੈ, ਪਰਿਵਾਰ ਦੀ ਹਰ ਤਰ੍ਹਾਂ ਨਾਲ ਦੇਖਭਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਪਰਿਵਾਰ ਦੇ ਜੀਅ ਅਦਾਲਤ ਦੇ ਵਿੱਚ ਜਾਣਾ ਚਾਹੁਣ ਜਾਂ ਜੇਲ੍ਹ ਵਿੱਚ ਬੰਦੀ ਸਿੰਘ ਨਾਲ ਮੁਲਾਕਾਤ ਕਰਨੀ ਚਾਹੁਣ ਤਾਂ ਉਸ ਦਾ ਵੀ ਪ੍ਰਬੰਧ ਸਿੱਖ ਰਿਲੀਫ ਵੱਲੋਂ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਅਸੀਂ ਬੰਦੀ ਮਲਕੀਤ ਸਿੰਘ ਮੇਤੂ ਦੇ ਮਾਤਾ ਜੀ ਨੂੰ ਅਦਾਲਤ ਵਿੱਚ ਲੈ ਕੇ ਜਾ ਰਹੇ ਹਾਂ ਤਾਂ ਕਿ ਉਹ ਆਪਣੇ ਪੁੱਤਰ ਦੇ ਕੇਸ ਬਾਰੇ ਜਾਣਕਾਰੀ ਲੈ ਸਕਣ। ਛੇ ਸਾਲ ਲੱਗ ਗਏ ਅਸੀਂ ਅੰਮ੍ਰਿਤਸਰ ਰਹਿੰਦੇ ਹਾਂ ਅਤੇ ਉਹ ਪਹਿਲੋਂ ਪ੍ਰਤਾਪਪੁਰ ਸੀ ਅਤੇ ਹੁਣ ਲੁਧਿਆਣੇ ਲੈ ਗਏ ਆ ਅਤੇ ਸਾਡੇ ਕੋਲ ਹੁਣ ਲੁਧਿਆਣੇ ਜਾਇਆ ਨਹੀਂ ਜਾਂਦਾ, ਨਾ ਮੈਂ ਜਾ ਸਕਦੀ ਨਾ ਮੇਰੀ ਨੂੰਹ ਜਾ ਸਕਦੀ, ਬੱਚੇ ਨਿੱਕੇ ਨਿੱਕੇ ਆ, ਬੱਚਿਆਂ ਨੂੰ ਕੌਣ ਸਾਂਭੇ ਅਤੇ ਕੌਣ ਜਾਵੇ। ਅਤੇ ਅੱਜ ਹੁਣ ਅਸੀਂ ਚੰਡੀਗੜ੍ਹ ਨੂੰ ਚੱਲੇ ਹਾਂ, ਤਰੀਕ ਲਾਉਣ ਚੱਲੇ ਹਾਂ, ਜੇ ਮਨ ਫੇਰ ਪੈ ਜੂਗੀ ਤਾਂ ਸਾਡੇ ਬੱਚੇ 'ਤੇ ਤਰੀਕ ਲਾਉਣ ਚੱਲੇ ਹਾਂ। ਅਤੇ ਨਿੱਕੇ ਨਿੱਕੇ ਬੱਚੇ ਆ, ਬਹੁਤ ਚੀਓ ਵਾਟਾ ਪਾਉਂਦੇ ਆ, ਬੜਾ ਸਾਨੂੰ ਸਤਾਉਂਦੇ ਆ, ਫਿਰ ਨਹੀਂ ਅਸੀਂ ਸਤਾ ਅਸੀਂ ਵੇਖਿਆ ਜਾਂਦਾ ਸਾਡੇ ਕੋਲ ਪਿਓ ਤੋਂ ਬਗੈਰ ਨਹੀਂ ਡਰਦੇ। ਅਤੇ ਕੋਈ ਨਹੀਂ ਸਾਡੇ ਲਾਗੇ ਲੱਗਦਾ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਭੈਣ, ਨਾ ਭਾਈ, ਕੋਈ ਨਹੀਂ। ਤਾਂ ਵੀਰ ਅੱਜ ਲੈ ਕੇ ਚੱਲੇ ਆ ਮੇਰੇ ਪੁੱਤ, ਅਤੇ ਅੱਜ ਤਰੀਕ ਲਾਉਣ ਚੱਲੇ ਚੰਡੀਗੜ੍ਹ। ਨਾ ਮੈਨੂੰ ਰਾਤ ਨੀਂਦ ਆਉਂਦੀ, ਨਾ ਮੈਨੂੰ ਦਿਨੇ ਆਉਂਦੀ, ਚਿੰਤਾ ਦੇ ਵਿੱਚ ਰਹਿੰਦੀ ਹਾਂ, ਚਿੰਤਾ ਬਹੁਤ ਜ਼ਿਆਦਾ ਮੈਨੂੰ। ਦਿਲ ਨਿਆਣੇ ਨਾਲ ਕੀ ਲੱਗਣਾ ਜਦੋਂ ਨਿਆਣੇ ਵਿਚਾਰੇ 3 ਵਜੇ 3:30 ਆਉਂਦੇ, 4 ਵਜੇ ਆਉਂਦੇ, ਘੜੀ ਦੀ ਘੜੀ ਉਦੋਂ ਆਣ ਕੇ ਜੱਫੀਆਂ ਜੁੱਫੀਆਂ ਪਾ ਲੈਂਦੇ ਘੜੀ, ਦਾਦੀ ਕਿਉਂ ਰੋਂਦੀ, ਦਾਦੀ ਕਿਉਂ ਇਤਨਾ ਕਰਦੀ ਹੈ। ਅਤੇ ਉਦੋਂ ਜਿਹੜੀ ਇੱਕ ਚੈਨ ਜਿਹਾ ਆਉਂਦਾ, ਫਿਰ ਉਸੇ ਤਰ੍ਹਾਂ ਹੀ ਹੁਣ ਡਹਿ ਪੈਂਦਾ। ਮੈਂ ਵੀ ਤਗੜੀ ਨਹੀਂ ਰਹਿੰਦੀ। ਫਿਰ ਇੱਕ ਦਿਨ ਨੂੰਹ ਮੇਰੀ ਚਲ ਗਈ ਸੀ ਬਾਜ਼ਾਰ ਨੂੰ ਅਤੇ ਮੈਨੂੰ ਕੁਛ ਹੋ ਗਿਆ ਸੀ ਅਤੇ ਮੇਰਾ ਪੋਤਰਾ ਧੂ ਧੂ ਕਿਤੇ ਮੈਨੂੰ ਠਾਵੇ ਅਤੇ ਮੈਨੂੰ ਭੁੰਜੇ ਸੁੱਟ ਦਿੱਤਾ ਕਿਤੇ, ਤਾਂ ਭੁੰਜੇ ਮੈਂ ਪਈ ਰਹੀ। ਫਿਰ ਉਹ ਆਈ ਅਤੇ ਫਿਰ ਉਹਨੇ ਆਣ ਕੇ ਕਿਤੇ ਮੈਨੂੰ ਚੁੱਕਿਆ ਚੱਕਿਆ, ਕਿਸੇ ਨੂੰ ਗਵਾਂਢੋ ਸੱਦ ਸੁੱਦ ਕੇ ਮੰਜੇ 'ਤੇ ਪਾਇਆ। ਉਹ ਵੀ ਨਹੀਂ ਕਿਤੇ ਜਾ ਸਕਦੀ, ਉਹ ਸਾਨੂੰ ਮਾੜਾ ਚੰਗਾ ਪਾਣੀ ਧਾਣੀ ਦਿੰਦੀ ਹੈ, ਰੋਟੀ ਪਾਣੀ ਦਿੰਦੀ, ਸਾਂਭਦੀ ਸੂਦੀ ਹੈ। ਅਤੇ ਤਰੀਕ 'ਤੇ ਸਾਡੇ ਕੋਲ ਜਾਇਆ ਨਹੀਂ ਜਾਂਦਾ, ਨਾ ਮੇਰੀ ਨੂੰਹ ਕੋਲ ਜਾਇਆ ਜਾਂਦਾ, ਨਾ ਮੇਥੋਂ ਜਾਇਆ ਜਾਂਦਾ, ਕੋਈ ਵੀ ਨਹੀਂ ਜਾ ਸਕਦੀਆਂ ਅਸੀਂ ਦੋਵਾਂ 'ਚੋਂ। ਪੁੱਤ ਤੁਸੀਂ ਖਾਣ ਡੇ, ਤੁਸੀਂ ਕਰਨ ਡੇ ਜੇ, ਜੇ ਮੇਰਾ ਪੁੱਤ ਛੇਤੀ ਛੇਤੀ ਘਰ ਆ ਜਾਵੇ, ਜੱਜਾਂ ਦੇ ਮਿਹਰ ਮਨ ਮਿਹਰ ਪੈ ਜਾਵੇ ਅਤੇ ਮੇਰਾ ਪੁੱਤ ਛੇਤੀ ਛੇਤੀ ਘਰ ਆ ਜਾਵੇ, ਅਤੇ ਤੁਹਾਡੇ ਤੋਂ ਬਗੈਰ ਕੋਈ ਨਹੀਂ ਸਾਡੇ ਨਾਲ ਤੁਰਿਆ, ਤੁਸੀਂ ਤੁਰੇ ਜੇ ਪੁੱਤ, ਤੁਸੀਂ ਮਿਹਰ ਕਰਨੀ ਹੈ, ਜੱਜਾਂ ਨੇ ਕਰਨੀ, ਜੱਜਾਂ ਦੇ ਗੜੀ, ਇਹੋ ਬੇਨਤੀ ਵੀ ਮੇਰਾ ਪੁੱਤ ਘਰ ਆ ਜਾਵੇ। ਪੁੱਤ ਤੋਂ ਬਗੈਰ ਅਸੀਂ ਕਾਹੇ ਜੋਗੇ ਨਹੀਂ ਗੇ, ਮੇਰਾ ਪੁੱਤ ਘਰ ਆਊਗਾ ਅਤੇ ਫਿਰ ਮੇਰੇ ਟਕਲੇਜੇ ਨੂੰ ਠੰਡ ਪੈਣੀ, ਪੁੱਤ ਉਦੋਂ ਕਾਲਜੇ ਨੂੰ ਠੰਡ ਪੈਣੀ, ਉਦੋਂ ਮੇਰੇ ਪੁੱਤ ਘਰ ਆਊਗਾ। ਕਦੇ ਆ ਕਦੀ ਕਿਸੇ ਦੇ ਘਰ ਵੇਖ ਆਉਂਦੇ ਆ, ਆਹ ਚੀਜ਼ ਬਣਾਈ ਆ, ਕਿਸੇ ਨੇ ਲਾ ਕੇ ਗੁਆਂਢ ਬੇਸਣ ਬਣਾਇਆ, ਉੱਦਣ ਦੇ ਬੜਾ ਰੋਂਦੇ ਆ, ਦਾਦੀ ਉਹ ਬੇਸਣ ਬਣਾਉਂਦੇ ਆ, ਸਾਨੂੰ ਨਹੀਂ ਦਿੰਦੇ ਤੁਸੀਂ ਚੀਜ਼ਾਂ ਬਣਾ ਕੇ, ਉਹਨਾਂ ਆਹ ਚੀਜ਼ ਬਣਾਈ ਸਾਨੂੰ ਨਹੀਂ ਦਿੰਦੇ, ਉਹਨਾਂ ਆਹ ਫਲ ਲਿਆਂਦਾ, ਉਹ ਫਲ ਲਿਆਂਦਾ, ਇਸ ਤਰ੍ਹਾਂ ਹੀ ਕਰਦੇ। ਫਿਰ ਉਦੋਂ ਦਿਲ ਨੂੰ ਕੁਛ ਹੁੰਦਾ ਵੀ ਅੱਜ ਪੁੱਤ ਹੋਵੇ ਤਾਂ ਲੈ ਕੇ ਆਵੇ, ਅਤੇ ਦਵੇ ਪੁੱਤ ਕੌਣ ਦਵੇ, ਮਾਂ ਪਿਓ ਤੋਂ ਬਗੈਰ ਲੀੜੇ ਕੱਪੜੇ ਵੀ ਹੈ ਨਹੀਂ, ਉਹ ਬੜੇ ਕਦੀ ਕੋਈ ਦੇ ਜਾਂਦੀ ਭੂਆ ਮਾੜਾ ਚੰਗਾ ਪਜਾਮੇ, ਕੋਈ ਗਾਂਢ ਗਵਾਂਢ ਦੇ ਜਾਂਦੇ ਆ, ਫਿਰ ਟਾਈਮ ਪਾਸ ਹੋਣ ਡਿਆ ਬੱਚਿਆਂ ਦਾ, ਅਤੇ ਮੰਗ ਮੰਗ ਕੇ ਲੀੜੇ ਪਾਉਣ ਡਏ ਆ ਪੁੱਤ। ਨੂੰਹ ਮੇਰੀ ਆ ਅਤੇ ਉਹ ਕਦੀ ਨਨਾਣਾਂ ਦੇ ਪਾਉਂਦੀ ਆ, ਕਦੀ ਭੈਣਾਂ ਦੇ ਪਾਉਂਦੀ ਆ, ਕਦੀ ਕਿਸੇ ਦੇ ਪਾਉਂਦੀ ਆ, ਬਹੁਤ ਮੁਸ਼ਕਲ ਹੈ। ਇਹ ਮੇਰਾ ਪੁੱਤ ਘਰ ਆ ਜਾਵੇ, ਪੁੱਤ ਮੇਰੇ ਪੁੱਤ ਨੂੰ ਘਰ ਆ ਜਾ,
ਵਕੀਲਾਂ ਦੇ ਕਦੇ ਮਹਾਰਾਜ ਮਨ ਮਿਹਰ ਪੈ ਜਾਵੇ ਤੇ ਮੇਰੇ ਪੁੱਤ ਨੂੰ ਛੱਡ ਦੇਣ, ਮੇਰੇ ਪੁੱਤ ਨੂੰ ਛੱਡ ਦੇਣ। ਮੈਂ ਇਹ ਕਹਿ ਰਹੀ ਹਾਂ ਵੀ ਉਹਦੇ ਪੁੱਤ ਜਮਾਨਤ ਕਰਾਓ। ਹੈਂ, 6 ਸਾਲ ਲੱਗ ਗਏ ਆ ਅਤੇ ਨਿੱਕੇ ਨਿੱਕੇ ਨਿਆਣੀਆਂ ਜੇ ਰੋਣ ਡਏ ਅਤੇ ਕਦੀ ਕੁਛ ਮੰਗਦੇ ਕਦੀ ਕੁਛ ਮੰਗਦੇ ਅਤੇ ਕੀ ਕਰੀਏ ਫਿਰ। ਦੁਬਾਰੇ ਲਗਾਉਣੀ ਪੈਣੀ ਆ ਹੁਣ ਜਮਾਨਤ, ਠੀਕ ਹੈ, ਤੇ ਉਹ ਦੁਬਾਰੇ ਲਗਾਵਾਂਗੇ। ਫਿਰ ਇੱਥੋਂ ਕੀ ਆਰਡਰ ਆਉਂਦਾ ਹੈ ਉਹ ਆਰਡਰ ਨੂੰ ਫਿਰ ਆਪਾਂ ਹਾਈ ਕੋਰਟ ਲੈ ਕੇ ਜਾਵਾਂਗੇ। ਫਿਰ ਟਾਈਮ ਲੱਗੇਗਾ, 2 ਮਹੀਨੇ 4 ਮਹੀਨੇ ਲੱਗ ਸਕਦੇ ਨੇ, 6 ਮਹੀਨੇ ਵੀ ਲੱਗ ਸਕਦੇ ਨੇ। ਪਰ ਇਹ ਵੀ ਇੱਕ ਜਮਾਨਤ ਚੋਂ ਹੱਲ ਹੋ ਜਾਵੇ, ਇੱਕ ਦਾ ਆਰਡਰ ਆ ਜਾਵੇ ਤਾਂ ਫਿਰ ਆਪਣਾ ਵੀ ਸਾਰਿਆਂ ਦਾ ਹੋ ਜਾਏਗਾ ਹੱਲ। ਅਸੀਂ ਨਾ ਬਹੁਤ ਪੁੱਤ ਤਾਂ ਗਏ ਸਾਡਾ ਪੁੱਤ ਨਾ ਵੀ ਉਹਦੇ ਬਗੈਰ ਬੱਚੇ ਜਿਹੜੇ ਆ, ਜੇ ਕੋਈ ਬੱਚੇ ਕਿਸੇ ਦੇ ਕੋਈ ਚੀਜ਼ ਖਾਂਦੇ ਆ ਤਾਂ ਉਹ ਵੇਖ ਕੇ ਆਣ ਕੇ ਰੋਂਦੇ ਆ, ਸਾਨੂੰ ਆਹ ਦਓ। ਜੇ ਕੋਈ ਕੱਪੜਾ ਚੱਜ ਦਾ ਪਾਇਆ ਹੁੰਦਾ ਤਾਂ ਉਹ ਆਉਂਦੇ ਸਾਨੂੰ ਉਹ ਸਾਨੂੰ ਲੈ ਕੇ ਦਓ, ਅਤੇ ਫਿਰ ਬੜੀ ਪਰੇਸ਼ਾਨੀ ਆਉਂਦੀ। ਫਿਰ ਇੰਨਾ ਸੱਸ ਰੋ ਰੋ ਕੇ ਤੇ ਟਾਈਮ ਸਰ ਕਰਦੀ ਹੈ, ਹੋਰ ਮੇਰੇ ਤਾਂ ਦਿਮਾਗ 'ਤੇ ਟੈਨਸ਼ਨ ਹੋ ਗਈ ਹੈ, ਪਤਾ ਨਹੀਂ ਲੱਗਦਾ ਮੈਨੂੰ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਾ ਦੀਏ, ਮੈਨੂੰ ਰਾਤ ਨਹੀਂ ਲੱਗਦੀ। ਦਿੱਕਤ ਇਹ ਆ ਰਹੀ ਵੀ ਹੁਣ ਜਮਾਨਤ ਜਿਹੜੀ ਇੱਕ ਆਲਰੇਡੀ ਸੁਪਰੀਮ ਕੋਰਟ ਲੱਗੀ ਆ ਉਹਦਾ ਕੋਈ ਆਰਡਰ ਨਹੀਂ ਆ ਰਿਹਾ, ਉਹ ਆਰਡਰ ਆ ਗਿਆ ਫਿਰ ਸਾਰਿਆਂ ਦੀਆਂ ਜਮਾਨਤਾਂ ਹੋਣੀਆਂ ਨੇ, ਭਾਵੇਂ ਮਹੀਨੇ 'ਚ ਹੀ ਹੋਏ ਭਾਵੇਂ 2 ਮਹੀਨੇ 'ਚ ਹੀ ਹੋ ਜਾਣ, ਹੈ ਨਾ। ਟਾਈਮ ਹੋ ਗਿਆ ਕਾਫੀ, ਅਸੀਂ ਵੀ ਇਹੀ ਕਹਿੰਦੇ ਵੀ ਸ਼ਾਇਦ ਕਸਟਡੀ ਦੇ ਬੇਸ 'ਤੇ ਮਿਲ ਜਾਏ ਜਮਾਨਤ। ਹਾਂਜੀ ਹਾਂਜੀ, ਜਿਹੜੀ ਇੰਨੀ ਕਸਟਡੀ ਹੋ ਗਈ ਆ ਉਹਨਾਂ ਨੂੰ ਕਸਟਡੀ ਦੇ ਬੇਸ 'ਤੇ ਮਿਲ ਜਾਣੀ ਚਾਹੀਦੀ ਹੈ, ਸ਼ਾਇਦ ਮਿਲ ਜਾਏ। ਜੱਜ ਨੂੰ ਨਹੀਂ ਮਿਲਣ ਦਿੰਦੇ? ਨਹੀਂ, ਮੈਂ ਜੇ ਮਿਲ ਦਿੰਦੇ ਹੁਣ ਤਾਂ ਗਾੜੀ ਮਿਹਨਤ ਤਰਲਾ ਪਾਈਏ। ਬੂਹਾ ਮਾਰ ਕੇ ਰੱਖਦੀ ਆ, ਗੇਟ ਤੇ ਬੂਹਾ ਖੁੱਲਾ ਹੁੰਦਾ ਤੇ ਫਿਰ ਮੈਨੂੰ ਪਤਾ ਨੀ ਲੱਗਦਾ ਵੀ ਮੈਂ ਨਿਕਲ ਜਾਂਦੀ, ਫਿਰ ਮੈਨੂੰ ਲੱਭਣ ਚੜ ਜਾਂਦੀ ਆ, ਫਿਰ ਨਾਲੇ ਆਪ ਰੋਂਦੀ ਆ ਨਾਲੇ ਖਾਵਦੀ ਆ, ਬੜੀ ਮੁਸ਼ਕਿਲ ਆ ਪੁੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਨੂੰ ਸੰਗਤ ਨੂੰ ਅੱਜ ਅਸੀਂ ਜੋ ਦੱਸਣਾ ਜਾ ਰਹੇ ਹਾਂ ਉਹ ਇਹ ਹੈ ਕਿ ਅੱਜ ਮੋਹਾਲੀ ਕੋਰਟ ਦੇ ਵਿੱਚ ਅਸੀਂ ਜਿਹੜਾ ਕਿ ਮਲਕੀਤ ਸਿੰਘ ਮੀਤੂ ਹੈ, ਜੋ ਕਿ 2020 ਰੈਫਰੈਂਡਮ ਦਾ ਇੱਕ ਕੇਸ ਹੈ, ਜੋ 2018 ਦਾ ਇਹ ਕੇਸ ਹੈ, ਅਤੇ ਉਹ ਕੇਸ ਪਹਿਲਾਂ ਇਹ ਅੰਮ੍ਰਿਤਸਰ ਕੋਰਟ ਦੇ ਵਿੱਚ ਸੀ, ਫਿਰ ਇਹ NIA ਕੋਲ ਆ ਗਿਆ। NIA ਦੀ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੋ ਕੋਰਟ ਹੈ ਉੱਥੇ ਇਹ ਚੱਲ ਰਿਹਾ, ਅਤੇ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਮੀਤੂ ਦੇ ਮਾਤਾ ਜੀ ਨੇ ਆਉਣਾ ਸੀ, ਕਿਉਂਕਿ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਲਗਾਉਣੀ ਹੈ, ਜ਼ਮਾਨਤ ਦੇ ਲਈ ਜੋ ਪੇਪਰ ਵਰਕ ਚਾਹੀਦਾ ਉਹਨਾਂ ਦਾ, ਜੋ ਸਾਈਨ ਵਗੈਰਾ ਨੇ, ਉਹ ਸਾਰੇ ਪੇਪਰ ਵਰਕ ਲਈ ਉਹਨਾਂ ਦਾ ਕੋਰਟ 'ਚ ਆਉਣਾ ਜ਼ਰੂਰੀ ਸੀ। ਇਸ ਕਰਕੇ ਅੱਜ ਸਿੱਖ ਰਿਲੀਫ ਦੀ ਟੀਮ ਅੰਮ੍ਰਿਤਸਰ ਤੋਂ ਉਹਨਾਂ ਦੇ ਘਰੋਂ ਉਹਨਾਂ ਨੂੰ ਲੈ ਕੇ ਇੱਥੇ ਮੋਹਾਲੀ ਕੋਰਟ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ, ਅਤੇ ਇਸ ਕੇਸ ਦੇ ਵਿੱਚ ਸਾਡੇ ਸੀਨੀਅਰ ਵਕੀਲ ਕੁਨਾਲ ਸਿਆਗ ਨੇ ਜਿਹੜੇ ਇਸ ਕੇਸ ਵਿੱਚ ਪੇਸ਼ ਹੋ ਰਹੇ ਨੇ, ਉਹਨਾਂ ਦੇ ਨਾਲ ਸਾਡੇ ਸਿੱਖ ਰਿਲੀਫ ਦੇ ਵਕੀਲ ਐਡਵੋਕੇਟ ਕੁਲਵਿੰਦਰ ਕੌਰ ਨੇ, ਉਹ ਪੇਸ਼ ਹੋ ਰਹੇ ਨੇ, ਅਤੇ ਅੱਜ ਮਾਤਾ ਜੀ ਤੋਂ ਜਿਹੜੇ ਵੀ ਅਸੀਂ ਪੇਪਰ ਵਰਕ ਜੋ ਸਾਈਨ ਕਰਵਾਉਣੇ ਸੀਗੇ ਉਹ ਕਰਵਾ ਲਏ ਨੇ। ਜਿਹੜੇ ਪਰਿਵਾਰ ਮਤਲਬ ਅਦਾਲਤਾਂ ਦੇ ਵਿੱਚ ਨਹੀਂ ਪਹੁੰਚ ਸਕਦੇ, ਤਾਂ ਹਰ ਤਰੀਕ 'ਤੇ ਤਾਂ ਸੰਭਵ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਲੈ ਕੇ ਨਹੀਂ ਆਉਂਦੇ ਹੈਗੇ। ਹੁਣ VC ਦੇ ਉੱਤੇ ਸਾਰੇ ਜਿਹੜੇ ਕੇਸ ਨੇ ਉਹ ਚੱਲਦੇ ਨੇ, ਅਤੇ ਕੁਛ ਕੇਸਾਂ ਦੇ ਵਿੱਚ ਕਿਸੇ ਨਾ ਕਿਸੇ ਡੇਟ 'ਤੇ ਜਿਹੜਾ ਕਿ ਉਹਨਾਂ ਨੂੰ ਫਿਜ਼ੀਕਲੀ ਇੱਥੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ, ਅਤੇ ਅੱਜ ਉਹ ਮਾਤਾ ਜੀ ਨੂੰ ਜਿਹੜੀ ਸਾਡੀ ਟੀਮ ਹੈ ਉਹ ਇੱਥੇ ਲੈ ਕੇ ਆਈ ਹੈ, ਅਤੇ ਇਹ ਕੇਸ ਦੇ ਵਿੱਚ ਹੁਣ ਬੇਲ ਹੈ ਜਿਹੜੀ ਲਗਾ ਦਿੱਤੀ ਜਾਊਗੀ।